ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਸ ਗੱਡੀ ਦੀ ਨਾ ਮੈਂ ਬਹੁਤ ਜ਼ਿਆਦਾ ਤਾਰੀਫ ਕੀਤੀ। ਮੈਂ ਜਿੰਨੀਆਂ ਵੀ ਗੱਡੀਆਂ ਅੱਜ ਤੱਕ ਲਾਈਫ 'ਚ ਬਾਏ ਕੀਤੀਆਂ ਨਾ ਖਰੀਦੀਆਂ ਆ, ਸਭ ਤੋਂ ਜ਼ਿਆਦਾ ਇਸ ਗੱਡੀ ਦੀ ਮੈਂ ਤਾਰੀਫ ਕੀਤੀ ਸੀ, ਕਿਉਂਕਿ ਇਹ ਇੰਡੀਆ ਦੇ ਵਿੱਚ ਲਾਂਚ ਹੀ ਨਹੀਂ ਸੀ ਹੋਈ। ਸਪੈਸ਼ਲ ਮੈਂ ਡੁਬਈ ਇਸ ਗੱਡੀ ਨੂੰ ਦੇਖਣ ਗਿਆ ਸੀਗਾ, ਅਤੇ ਜਦੋਂ ਲਾਂਚ ਹੋਈ ਸਭ ਤੋਂ ਜ਼ਿਆਦਾ ਤਾਰੀਫ ਮੈਂ ਹੀ ਕੀਤੀ ਸੀਗੀ ਇਹਦੀ, ਜਿਮਨੀ ਬਹੁਤ ਵਧੀਆ ਗੱਡੀ ਆ। ਫਿਰ ਜਦੋਂ ਰੇਟ ਦੀ ਗੱਲ ਆਈ, ਰੇਟ ਵੀ ਕੰਪਨੀ ਨੇ ਬਹੁਤ ਜ਼ਿਆਦਾ ਕੱਢ ਦਿੱਤਾ। ਫਿਰ ਉਹਨਾਂ ਨੇ ਜਦੋਂ ਲਾਂਚ ਕੀਤੀ ਉਸ ਤੋਂ ਬਾਅਦ ਕਿੰਨੀ ਜ਼ਿਆਦਾ ਵੇਟ ਕਰਾਈ, ਗੱਡੀ ਵੇਟਿੰਗ ਵਿੱਚ ਨਹੀਂ ਸੀਗੀ ਪਰ ਫਿਰ ਵੀ ਉਹਨਾਂ ਨੇ ਸ਼ੋਅ ਕੀਤਾ ਵੀ ਗੱਡੀ ਵੇਟਿੰਗ ਦੇ ਵਿੱਚ ਵਾ, ਅਤੇ ਐਂਡ ਦੇ ਵਿੱਚ ਗੱਡੀ ਜਿਹੜੀ ਜਿਮਨੀ ਸੀ ਉਹ ਫਲੋਪ ਹੋ ਗਈ। ਜਿਹੜਾ ਮਰੂਤੀ ਨੇ ਆਪਣੇ ਨਾਲ ਕੀਤਾ ਫਰੋਡ, ਆਪਣੇ ਨਾਲ ਹੀ ਕੀਤਾ ਜਿੰਨਿਆਂ ਨੇ ਇਹ ਗੱਡੀ ਖਰੀਦੀ ਨਾ, ਜਿਨ੍ਹਾਂ ਨੂੰ ਬਹੁਤ ਵਧੀਆ ਲੱਗਦੀ ਸੀ, ਜਿਨ੍ਹਾਂ ਨੂੰ ਚਾਅ ਸੀਗਾ, ਜਿਨ੍ਹਾਂ ਨੇ ਜਦੋਂ ਲਾਂਚ ਕੀ ਹੋਈ ਉਦੋਂ ਹੀ ਖਰੀਦ ਲਈ ਸੀਗੀ, ਉਹਨਾਂ ਨੂੰ ਤਾਂ ਤਕੜਾ ਘਾਟਾ ਪਿਆ। ਉਹ ਮੈਂ ਸਾਰਾ ਕੁਛ ਵੀਡੀਓ ਦੇ ਵਿੱਚ ਦੱਸੂੰਗਾ। ਇੱਕ ਆਪਣਾ ਜਿਹੜੇ ਮਹਿੰਦਰਾ ਵਾਲੇ ਆ ਨਾ, ਉਹਨਾਂ ਦੇ ਉਹ ਵੀ ਇੱਕ ਗੇਮ ਪਾਉਂਦੇ ਆ ਆਪਣੇ ਭਾਅ ਜੀ ਜਿਹੜਾ ਸਟਾਈਲ ਵਾਲਾ ਨਾ, ਆਪਾਂ ਉਹਨੂੰ ਵੀਡੀਓ ਦੇ ਵਿੱਚ ਹੀ ਫੋਨ ਲਾਵਾਂਗੇ, ਅਤੇ ਜਿਹੜਾ ਉਹਨਾਂ ਨਾਲ ਨਾ ਧੋਖਾ ਹੋਣ ਦਿਆ ਆ ਉਹ ਵੀ ਤੁਹਾਨੂੰ ਦੱਸਾਂਗੇ ਸਾਰਾ ਕੁਛ ਚੱਲਦਾ ਕੀ ਹੈ। ਉਹਨਾਂ ਨਾਲ ਨਹੀਂ ਹੁੰਦਾ, ਇਹ ਬਹੁਤ ਜਣਿਆਂ ਨਾਲ ਹੋਣ ਦਿਆ ਆ, ਆਪਾਂ ਨੂੰ ਤਾਂ ਪਤਾ ਆ ਗੇਮਾਂ ਦਾ ਸਾਰਾ। ਤੁਹਾਨੂੰ ਐਸੀ ਵੀਡੀਓ ਦੇ ਵਿੱਚ ਸਾਰਾ ਕੁਝ ਦੱਸੂੰਗਾ ਮੈਂ। ਪਹਿਲਾਂ ਤਾਂ ਆਪਾਂ ਇਹਦੀ ਗੱਲ ਕਰਦੇ ਹਾਂ, ਸਾਰਿਆਂ ਨੇ ਵੇਖਿਆ ਹੋਣਾ ਆ ਵੀ ਪਹਿਲਾਂ ਇਹ ਟੋਪ ਮਾਡਲ ਜਿਹੜਾ ਸੀਗਾ 16.5 ਦਾ 17.5 ਇਹਦੇ ਵਿੱਚ ਦੇਈ ਜਾਂਦੇ ਸੀ, ਜਿੰਨਾ ਕੁ ਅਸੈਸਰੀ ਸੁਸਰੀ ਪਾ ਕੇ ਆਪਾਂ ਨੂੰ ਪੈ ਗਈ ਸੀ ਇਹ 16.5-17 ਦੇ ਵਿੱਚ ਜੇ ਪੈ ਗਈ ਸੀਗੀ, ਇੰਨੇ ਕਿਹਦੀ ਪਈ ਸੀਗੀ। ਅਤੇ ਹੁਣ ਫਰੋਡ ਇਹ ਹੋਇਆ ਵਾ ਜਿਨ੍ਹਾਂ ਨੇ ਖਰੀਦੀ ਉਹਨਾਂ ਨਾਲ, ਵੀ ਇਹਦਾ ਸਿੱਧਾ ਉਹਨਾਂ ਨੇ 2 ਲੱਖ ਰੁਪਈਆ ਘਟਾ ਦਿੱਤਾ ਆ, 2 ਲੱਖ ਰੁਪਈਆ ਰੇਟ ਤੋੜ ਦਿੱਤਾ ਆ। ਹੁਣ ਅਸੀਂ ਖਰੀਦੀ ਜਿੰਨੇ ਦੀ ਵੀ ਸਾਨੂੰ ਹੁਣ 2 ਲੱਖ ਹੋ ਉੜਿਆ, ਅਤੇ ਜੇ ਹੁਣ ਇਹ ਸੈਕਿੰਡ ਹੈਂਡ ਹੋ ਗਈ ਹੋਈ ਆ, ਹੁਣ 2 ਲੱਖ ਇਹਦਾ ਹੋਰ 1.5 ਜਾਂ 2 ਲੱਖ ਹੋਰ ਘੱਟ ਜਾਣਾ, ਅਤੇ ਸਿੱਧਾ ਸਿੱਧਾ ਲਾ ਕੇ ਚੱਲੀਏ 4-4.5 ਲੱਖ ਇਹਦਾ ਪ੍ਰਾਈਜ਼ ਡਾਊਨ ਹੋ ਗਿਆ। ਹੁਣ ਜਿੰਨਾ ਵਿਚਾਰਿਆਂ ਨੇ ਮੇਰੇ ਵਰਗਿਆਂ ਨੇ ਪਹਿਲਾਂ ਲਈਆਂ ਆ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਲੋਸ ਹੋ ਗਿਆ ਆ। ਇਹ ਕੰਪਨੀ ਵਾਲਿਆਂ ਨੇ ਤਾਂ ਇਹ ਘੱਟ ਕੀਤਾ ਵੀ ਇਹ ਗੱਡੀ ਵਿਕਦੀ ਨਹੀਂ ਸੀ ਪਹਿਲਾਂ, ਉਹਨਾਂ ਨੇ ਨਾ ਬੜਾ ਜ਼ੋਰ ਲਾ ਲਿਆ, ਐਡਾਂ ਪਾਈਆਂ, ਕਈ ਕੁਛ ਕੀਤਾ, ਕਈ ਯੂਟਿਊਬਰਾਂ ਕੋਲ ਵੀਡੀਓ ਪਵਾਈਆਂ। ਆਪਾਂ ਤਾਂ ਚਲੋ ਕੋਈ ਪੇਡ ਨਹੀਂ ਸੀ, ਆਪਾਂ ਨੂੰ ਤਾਂ ਚਾਹੀ ਵੜਾ ਸੀਗਾ ਇਹਦਾ ਲੰਘਣਾ। ਅੱਛਾ, ਆਪਾਂ ਨੂੰ ਤਾਂ ਚਾਹੀ ਬਹੁਤ ਸੀ ਯਾਰ ਇਹ, ਤਾਂ ਮੈਂ ਇਹ ਲਈ ਸੀ। ਉੱਦਾਂ ਗੱਡੀ ਠੀਕ ਆ, ਵਧੀਆ ਆ, ਪਰ ਜਦੋਂ ਇਹਦਾ ਰੇਟ ਆਇਆ ਸੀ ਨਾ ਉਦੋਂ ਰੇਟ ਬਹੁਤ ਜ਼ਿਆਦਾ ਆ ਗਿਆ ਸੀਗਾ, ਅਤੇ ਫਿਰ ਕਈਆਂ ਨੇ ਕੈਂਸਲ ਕਰਾਤੀਆਂ ਸੀ ਗੱਡੀਆਂ। ਉਦੋਂ ਵੀ ਕੰਪਨੀ ਵਾਲਿਆਂ ਨੇ ਗੇਮ ਖੇਡਤੀ ਵੀ ਨਹੀਂ ਜੀ ਕੈਂਸਲ ਨਹੀਂ ਹੋਈਆਂ, ਸਗੋਂ ਜ਼ਿਆਦੀਆਂ ਹੋਈਆਂ ਆ। ਕੰਪਨੀਆਂ ਆ ਐਡ ਦੇ ਕੇ ਕੁਛ ਵੀ ਕਰਾ ਸਕਦੀਆਂ ਆ। ਫਿਰ ਜਦੋਂ ਖਰੀਦ ਲਈ ਫਿਰ ਕਈਆਂ ਨੇ ਆਪਣੇ ਭਾਅ ਜੀ ਨੇ ਵੀ ਖਰੀਦੀ ਸੀਗੀ, ਪਰ ਉਹਨਾਂ ਨੇ ਉਦੋਂ ਹੀ ਘਰ ਲਿਆਉਣ ਤੋਂ ਪਹਿਲਾਂ ਹੀ ਕੰਪਨੀ 'ਚ ਵੇਚ ਦਿੱਤੀ ਸੀਗੀ। ਉਹਨਾਂ ਨੇ ਖਰੀਦੀ ਨਹੀਂ ਕਹਿ ਸਕਦੇ, ਖਰੀਦੀ ਵੀ ਅਤੇ ਨਹੀਂ ਵੀ ਖਰੀਦੀ, ਦੋਵੇਂ ਕਹਿ ਸਕਦੇ ਆਪਾਂ। ਬਾਕੀ ਗੱਲ ਆਪਾਂ ਕਰਦੇ ਹਾਂ ਵੀ ਇਹਦਾ, ਇੱਕ ਤਾਂ ਇਹ ਛੋਟੀ ਜਿਹੀ ਆ ਹੈ ਨਾ, ਉੱਤੋਂ ਇਹਦਾ ਜਿਹੜੀ ਐਵਰੇਜ ਆ ਨਾ, ਐਵਰੇਜ ਬਿਲਕੁਲ ਨਹੀਂ ਹੈਗੀ। ਮੈਨੂੰ ਕਈ ਭਰਾ ਜਦੋਂ ਮੈਂ ਜਾਵਾਂ ਨਾ ਸ਼ਹਿਰ ਜਾਂ ਕਿਤੇ ਵੀ, ਉਹਨੂੰ ਪੁੱਛਦੇ ਹੁੰਦੇ ਭਾਅ ਜੀ ਯਾਰ ਐਵਰੇਜ ਕਿੰਨੀ ਕੁ ਦਿੰਦੀ ਹੈ, ਜਦੋਂ ਮੈਂ ਉਹਨਾਂ ਨੂੰ ਕਹਾਂ ਨਾ ਭਾਅ ਜੀ 9-10 ਦੀ ਐਵਰੇਜ ਦੇਣ ਦੀ, ਉਹ ਹੱਕੇ ਬੱਕੇ ਰਹਿ ਜਾਂਦੇ ਆ, ਕਹਿੰਦੇ ਨਿੱਕੀ ਜਿਹੀ ਗੱਡੀ ਆ ਤਾਂ ਵੀ ਐਵਰੇਜ ਇੰਨੀ ਘੱਟ ਆ। ਫਿਰ ਜਦੋਂ ਸਪੇਸ ਦੇਖਦੇ ਆ ਵਿੱਚ, ਸਪੇਸ ਚਲੋ 4 ਜਣੇ ਬਹਿ ਜਾਂਦੇ ਆ, 4 ਡੋਰ ਆ ਇਹਦਾ ਥਾਰ ਨਾਲੋਂ ਇਹ ਸੋਕਾ ਵੀ ਇਹ 4 ਡੋਰ ਆ, ਤਾਂ ਮੈਂ ਵੀ ਦੱਸ ਦਿੰਦਾ ਹਾਂ ਵੀ 4 ਡੋਰ ਥਾਰ ਜਿਹੜੀ 5 ਡੋਰ ਕਹਿ ਸਕਦੇ ਹਾਂ ਡਿੱਕੀ ਵਿੱਚ ਪਾ ਕੇ, ਉਹ ਵੀ ਛੇਤੀ ਲਾਂਚ ਹੋਣ ਵਾਲੀ ਆ। ਉਹ ਹੁਣ ਫਿਰ ਦੁਬਾਰਾ ਟੈਸਟ ਡਰਾਈਵ ਦੇ ਵਿੱਚ ਨਾ ਉਹਨਾਂ ਨੇ ਪੂਰੀ ਦਿਖਾ ਦਿੱਤੀ ਆ, ਉਹ ਵੀ ਛੇਤੀ ਲਾਂਚ ਹੋਣ ਵਾਲੀ ਆ। ਉਹ ਤਾਂ ਚਲੋ ਡੀਜ਼ਲ ਦੇ ਵਿੱਚ ਆਉਣੀ ਆ, ਇਹਦਾ ਇਹ ਘੱਟ ਆ ਵੀ ਇਹ ਹੈਗੀ ਪੈਟਰੋਲ ਦੇ ਵਿੱਚ। ਉੱਤੋਂ ਇਹਨਾਂ ਨੇ ਨਾ ਕਿਤੇ ਕਿਤੇ ਬਾਡੀ ਜਿਹੜੀ ਆ ਉਹ ਜ਼ਿਆਦਾ ਮਜ਼ਬੂਤ ਦਿੱਤੀ ਹੋਈ ਆ, ਜਿੱਥੇ ਜਿੱਥੋਂ ਸ਼ੋਅ ਹੋਣੀ ਆ ਉਹਨਾਂ ਨੁੱਕਰਾਂ ਆ, ਇਹਨਾਂ ਨੂੰ ਇਸ ਹਿਸਾਬ ਨਾਲ ਉਹਨਾਂ ਨੇ ਡਿਜ਼ਾਇਨ ਕੀਤਾ ਮਜ਼ਬੂਤ ਜਿਹੀ ਲੱਗੇ। ਬੋਨਟ ਆ, ਬੋਨਟ ਵੀ ਇਹਨਾਂ ਨੇ ਥੋੜ੍ਹਾ ਜਿਹਾ ਹੈਵੀ ਕਰ ਦਿੱਤਾ ਆ, ਵੀ ਲੋਕਾਂ ਨੇ ਸਭ ਤੋਂ ਜ਼ਿਆਦਾ ਦੇਖਣਾ ਬੋਨਟ ਹੀ ਹੁੰਦਾ ਆ, ਬੋਨਟ ਇਹਨਾਂ ਨੇ ਮਾੜਾ ਜਿਹਾ ਹੈਵੀ ਕਰ ਦਿੱਤਾ ਆ। ਅਤੇ ਬਾਕੀ ਜੇ ਆਪਾਂ ਸਾਈਡ ਥਾਣੀ ਦੇਖੀਏ ਨਾ, ਇੱਧਰ ਦੇ ਆ, ਇੱਧਰ ਦਿਖਾਉਂਦੇ, ਜੇ ਆਪਾਂ ਸਾਈਡ ਥਾਣੀ ਦੇਖੀਏ ਤਾਂ ਬਿਲਕੁਲ ਹੀ ਸਤਿ ਸ਼੍ਰੀ ਅਕਾਲ, ਬਹੁਤ ਹਲਕੀ ਆ। ਜਦੋਂ ਅਸੀਂ ਖਰੀਦੀ ਉਦੋਂ ਅਸੀਂ ਇੰਨਾ ਧਿਆਨ ਨਹੀਂ ਦਿੱਤਾ, ਇਹਨਾਂ ਨੇ ਬਣਾਈ ਇੱਦਾਂ ਦੀ, ਇੱਦਾਂ ਲੱਗਦੀ ਸੀ ਯਾਰ ਗੱਡੀ ਮਜ਼ਬੂਤ ਜੀ ਆ। ਉੱਦਾਂ ਇਹ ਆ ਵੀ ਇਹਨਾਂ ਨੇ ਸਸਪੈਂਸ਼ਨ ਬਹੁਤ ਵਧੀਆ ਕਰਤੀ ਆ, ਵੀ ਤੁਸੀਂ ਖੱਡੇ ਸੜਕ ਦੇ ਉੱਤੇ ਜਾਣਾ ਤੁਸੀਂ ਤੇਜ਼ ਭਜਾ ਕੇ ਲੈ ਜੂਗੇ ਨਾ, ਆਵਾਜ਼ ਨਹੀਂ ਹੋਣੀ ਇਹਦੇ ਵਿੱਚ, ਨਾ ਹੀ ਤੁਹਾਨੂੰ ਇੰਨਾ ਜੰਪ ਵੱਜਣਾ ਆ, ਕਿਉਂਕਿ ਇਹਨਾਂ ਨੇ ਸਸਪੈਂਸ਼ਨ 'ਤੇ ਬਹੁਤ ਵਧੀਆ ਵਰਕ ਕੀਤਾ ਆ। ਕਹਿ ਸਕਦੇ ਹਾਂ ਉੱਦਾਂ ਤਾਂ ਜਿਮਨੀ ਬਾਹਰਲੇ ਦੇਸ਼ਾਂ 'ਚ ਬਹੁਤ ਟਾਈਮ ਦੀ ਆ, ਪਰ ਸ਼ੇਪ ਇਹਦੀ ਬਿਲਕੁਲ ਜਿਪਸੀ ਵਰਗੀ ਆ, ਫਰੰਟ ਤੋਂ ਵੀ 19 ਪਤਲੀ ਆ, 19 ਪਿੱਛੇ ਨੂੰ ਸਾਈਜ਼ ਦੇ ਵਿੱਚ ਆ। ਬਾਹਰ ਸੀਗੀ ਇਹ 2 ਡੋਰ, ਇੱਥੇ ਇਹਨਾਂ ਨੇ 5 ਡੋਰ ਲਾਂਚ ਕਰ ਦਿੱਤੀ, ਵੀ ਇੱਥੇ ਥਾਰ ਬਹੁਤ ਵਿਕੀ ਸੀਗੀ ਤਾਂ ਉਹਨਾਂ ਨੇ ਇੱਥੇ ਲਾਂਚ ਕੀਤੀ, ਨਹੀਂ ਤਾਂ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਦੀ ਆ ਇਹ ਬਾਹਰਲਿਆਂ ਦੇਸ਼ਾਂ 'ਚ। ਬਸ ਇਹਨਾਂ ਨੂੰ ਇਹ ਸੀਗਾ ਵੀ ਥਾਰ ਬਹੁਤ ਵਿਕਦਾ ਹੀ ਆ, ਸਾਡੀ ਵੀ ਇਹ ਬਹੁਤ ਵਿਕੂਗੀ, ਬਸ ਇਸ ਕਰਕੇ ਇਹਨਾਂ ਨੇ ਇਹ ਲਾਂਚ ਕਰਤੀ। ਇਹਨਾਂ ਨੂੰ ਇਹ ਸੀਗਾ ਵੀ ਰੇਟ ਵੀ ਥਾਰ ਦੇ ਲਾਗੇ ਛਾਗੇ ਜਿਹਾ ਰੱਖ ਦਿੰਦੇ ਹਾਂ, ਪਰ ਗੱਡੀ ਵਿਕੀ ਨਹੀਂ ਇਹ।
ਫਲੋਪ ਹੋ ਗਈ। ਇਸ ਕਰਕੇ ਹੁਣ ਇਹਨਾਂ ਨੇ ਜੋ ਕੀਤਾ ਉਹ ਬਹੁਤ ਮੰਦਭਾਗੀ ਗੱਲ ਆ। ਜਿਨ੍ਹਾਂ ਨੇ ਗੱਡੀ ਮੇਰੇ ਵਰਗਿਆਂ ਨੇ ਪਹਿਲੋਂ ਖਰੀਦੀ ਉਹਨਾਂ ਨੂੰ ਬਹੁਤ ਤਕੜਾ ਘਾਟਾ ਪਿਆ ਆ, ਸਾਨੂੰ ਤਾਂ ਚਲੋ ਪਿਆ ਹੀ ਆ। ਹੁਣ ਉੱਦਾਂ ਇਹਨਾਂ ਨੇ ਥੋੜ੍ਹੇ ਜਿਹੇ ਇਹਦੇ ਵਿੱਚ ਲਾਈਟਾਂ ਦੇ ਵਿੱਚ ਉਹ ਵਾਈਪਰ ਦੇ ਦਿੱਤੇ ਸੀਗੇ, ਮਤਲਬ ਨਿੱਕੇ ਇਹਨਾਂ ਨੇ ਸ਼ੋਸ਼ੇ ਜਿਹੇ ਦੇ ਦਿੱਤੇ ਵੀ ਜਿਹਨੇ ਖਰੀਦਣੀ ਆ ਉਹ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਇਹਨੂੰ ਖਰੀਦ ਲਵੇ। ਤਾਂ ਕਰਕੇ ਸ਼ੀਸ਼ੇ ਇਹਨਾਂ ਨੇ ਦੇ ਦਿੱਤੇ, ਨੋਰਮਲ ਜਿਹੇ ਬਲੈਕ ਦੇ ਦਿੱਤੇ ਆ। ਮੇਰੇ ਖਿਆਲ ਨਾਲ ਮਰੂਤੀ ਦੀਆਂ ਜਿਹੜੀਆਂ ਟੋਪ ਮਾਡਲ ਗੱਡੀਆਂ ਆ ਨਾ ਜਿੰਨੀਆਂ ਵੀ ਆ, ਉਹਨਾਂ ਦੇ ਸਾਰਿਆਂ ਦੇ ਸ਼ੀਸ਼ੇ ਹਲਕੇ ਹਲਕੇ ਨਾ, ਪਤਾ ਨਹੀਂ 35% ਕਿ 50% ਬਲੈਕ ਆ ਜਿੰਨੇ ਵੀ ਸ਼ੀਸ਼ੇ ਆ, ਦਿਨੇ ਵੀ ਇੱਦਾਂ ਹੀ ਹੁੰਦੇ ਆ ਇਹ। ਅਤੇ ਹੁਣ ਮੈਂ ਭਾਅ ਜੀ ਹੁਣਾਂ ਨੂੰ ਕਾਲ ਲਾਉਣ ਲੱਗਾ ਹਾਂ ਅਤੇ ਉਹਨਾਂ ਨਾਲ ਬਾਤਚੀਤ ਕਰਦੇ ਹਾਂ ਥਾਰ ਬਾਰੇ ਵੀ, ਉਹਨਾਂ ਨਾਲ ਬਾਤਚੀਤ ਕਰਦੇ ਹਾਂ ਵੀ ਉਹਨਾਂ ਨਾਲ ਮਹਿੰਦਰਾ ਵਾਲਿਆਂ ਨੇ ਕੀ ਕੀਤਾ। ਗੱਡੀ ਦੇ ਵਿੱਚ ਬਹਿ ਕੇ ਆਪਾਂ ਗੱਲ ਕਰਦੇ ਹਾਂ, ਬਾਹਰ ਸੜਕ 'ਤੇ ਆਵਾਜ਼ਾਂ ਬਹੁਤ ਆਉਂਦੀਆਂ ਆ ਯਾਰ ਮਹਿੰਦਰਾ ਵਾਲੇ ਵੀ। ਯਾਰ ਹੁਣ ਜਿਹੜੇ ਗੱਡੀ ਬੁੱਕ ਕਰਾਉਂਦੇ ਆ ਨਾ, ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਵੇਟਿੰਗ ਮਹਿੰਦਰਾ ਦੀ ਆ, ਤਾਂ ਮਹਿੰਦਰਾ ਵਾਲੇ ਖੇਡਣਦੇ ਆ ਗੇਮ, ਅਤੇ ਆਪਾਂ ਨੂੰ ਤਾਂ ਪਤਾ ਹੀ ਭਾਅ ਜੀ ਵੀ ਆਪਣਾ ਪੜ੍ਹਿਆ ਲਿਖਿਆ ਆ, ਸਾਰਾ ਕੰਮ ਹੀ ਉਹਨਾਂ ਦਾ ਔਨਲਾਈਨ ਆ। ਉਹਨਾਂ ਨੇ ਤਾਂ ਮਿੰਟ 'ਚ ਫੜ ਲਿਆ ਮਹਿੰਦਰਾ ਵਾਲਿਆਂ ਨੂੰ, ਮੈਨੂੰ ਪਹਿਲਾਂ ਕਿੰਨੇ ਚਿਰ ਦਾ ਦੱਸੀ ਜਾਂਦੇ ਸੀ, ਮੈਂ ਕਿਹਾ ਚੱਲ ਛੱਡ ਪਰਾਂ ਯਾਰ ਭਾਅ ਜੀ ਰਹਿਣ ਦੇ, ਪਰ ਮਹਿੰਦਰਾ ਵਾਲਿਆਂ ਨੇ ਤਾਤੀ ਕਰਾਤੀ ਯਾਰ। ਹੁਣ ਆਪਾਂ ਸਾਰਾ ਬਾਇਓਡਾਟਾ ਲੈਂਦੇ ਹਾਂ, ਕਿੱਦਾਂ ਕੀ ਹਾਲ ਚਾਲ? ਮੈਂ ਨਾ ਵੀਡੀਓ ਸ਼ੂਟ ਕਰਨ ਦਿਆ, ਮੇਰੇ ਕੋਲ ਹੁਣ ਇੱਥੇ ਤਾਂ ਆ ਨਹੀਂ ਹੋਣਾ ਉਦਾਂ, ਆਪਾਂ ਇੱਥੇ ਆ ਕੇ ਸ਼ੂਟ ਕਰਨੀ ਸੀਗੀ ਤੇ ਉਹ ਮਹਿੰਦਰਾ ਵਾਲਿਆਂ ਨੇ ਭਾਜੀ ਕਿੱਦਾਂ ਆਨਲਾਈਨ ਜਦੋਂ ਆਪਾਂ ਚੈੱਕ ਕੀਤਾ ਸੀ ਤੁਸੀਂ। ਕਿੰਨੇ ਚਿਰ ਦੀ ਬੁਕਿੰਗ ਕਰਾਈ ਹੋਈ ਆ, ਉਹ ਗਾਂ ਤੋਂ ਗਾਂ ਵਧਾਈ ਜਾਂਦੇ ਵਧਾਈ ਜਾਂਦੇ। ਹੁਣ ਤੁਸੀਂ ਅਗਰ ਨੈਟ ਤੇ ਦੇਖੋ ਨਾ, ਹਾਂ 4 ਮਹੀਨੇ ਦੀ ਵੇਟਿੰਗ ਦਿਖਾਉਂਦਾ, ਸਿਰਫ 4 ਮਹੀਨੇ ਦੀ, ਸਿਰਫ 4 ਮਹੀਨੇ ਦੀ। ਹਾਂ ਤੇ ਆਪਾਂ ਨੂੰ 6 ਮਹੀਨੇ ਹੋ ਗਏ ਬੁੱਕ ਕਰਾਈ। ਅੱਛਾ, ਜਦੋਂ ਆਪਾਂ ਬੁੱਕ ਕਰਾਈ ਸੀ ਮੈਂ ਪਰਸੋਂ ਚ, ਹਾਂ 8 ਜੂਨ ਨੂੰ 2023, ਉਸ ਹਿਸਾਬ ਨਾਲ ਤਾਂ ਮਿਲ ਜਾਣੀ ਚਾਹੀਦੀ ਸੀ ਹਨਾ। ਹਾਂ, ਉਸ ਤੋਂ ਬਾਅਦ ਹੁਣ ਜਦ ਮੈਂ ਦੁਬਾਰਾ ਚੈੱਕ ਕੀਤੀ ਉੱਥੇ ਆਨਲਾਈਨ ਆਂਦਾ ਵੇ ਜੀ ਕੈਨਸਲੇਸ਼ਨ ਇਨੀਸ਼ੀਏਸ਼ਨ, ਮਤਲਬ ਤੁਸੀਂ ਕੈਨਸਲ ਦੀ ਰਿਕੁਐਸਟ ਹੋਈ, ਬੰਦਾ ਪੁੱਛੇ ਜੇ ਕੈਨਸਲ ਹੀ ਕਰਨੀ ਸੀ ਕੋਈ ਬੁੱਕ ਜ਼ਰੂਰ ਪਾਣੀ ਸੀ। ਬਿਲਕੁਲ ਬਿਲਕੁਲ ਬਿਲਕੁਲ, ਇਹ ਤੋਂ ਭਾਜੀ ਸਾਫ਼ ਪਤਾ ਲੱਗਦਾ ਆ ਵੀ ਮਹਿੰਦਰਾ ਵਾਲੇ ਵੀ ਫਰੋਡ ਗੇਮ ਖੇਡਦੇ ਆ ਹੈ ਗਾਹਕਾਂ ਨਾਲ। ਹੁਣ ਆਨਲਾਈਨ ਛੇਤੀ ਕੋਈ ਚੈੱਕ ਤਾਂ ਕਰਦਾ ਨਹੀਂ ਆ ਹਨਾ, ਮਹਿੰਦਰਾ ਦੀਆਂ ਗੱਡੀਆਂ ਜ਼ਿਆਦਾ ਪਿੰਡਾਂ ਪਿੰਡਾਂ ਵਾਲੇ ਖਰੀਦਦੇ ਆ ਹਨਾ। ਤੇ ਹੁਣ ਫਿਰ ਜਦੋਂ ਮੈਂ ਮੇਲ ਪਾਈ ਸਾਰੀ ਬੁਕਿੰਗ ਆਈਡੀ ਬੁਕਿੰਗ ਡੇਟ, ਹੁਣ ਇਹਨਾਂ ਨੇ ਕੀ ਕੀਤਾ ਇੱਕ ਨਵੀਂ ਬੁਕਿੰਗ ਆਪਣੇ ਆਪ ਜਨਰੇਟ ਕਰਤੀ ਤੁਹਾਡੇ ਨਾਂ ਦੀ, ਮੇਰੇ ਨਾਂ ਦੀ। ਅੱਛਾ, ਪਹਿਲੇ ਮੈਂ 21 ਰੁਪਏ ਕੀਤਾ ਸੀ, ਹੁਣ ਜਿਹੜੀ ਨਵੀਂ ਬੁਕਿੰਗ ਜਨਰੇਟ ਹੋਈ 11,000 ਦੀ ਜਦ ਮੈਂ ਮੇਲ ਪਾਈਆਂ ਰਾਗਾ ਮੋਟਰ ਵਾਲੇ ਨੂੰ। ਅੱਛਾ, ਰਾਗਾ ਮੋਟਰ ਵਾਲੇ ਆ ਇਹਨਾਂ ਨਾਲ ਤਾਂ ਆਪਣਾ ਭਾਜੀ ਜਦੋਂ ਪਹਿਲੀ ਥਾਰ ਲਈ ਸੀ ਆਪਾਂ ਇਹਨਾਂ ਨਾਲ ਹੀ ਤਾਂ ਚੱਕਰ ਪਿਆ ਸੀਗਾ, ਜਾ ਕੇ ਨਾ ਆਈਏ ਇਹਨਾਂ ਦੇ ਬੁੱਕ ਕਰਾਈ ਹੋਈ ਆ ਸਾਡੀ ਇਸ ਮਹੀਨੇ ਆ ਜਾਣੀ ਸੀਗੀ, ਉਹਨਾਂ ਨੇ ਦੇਣ ਹੀ ਨੀ ਦੇ, ਹੁਣ ਕਹਿ ਦਿੰਦੇ ਅਗਲੇ ਮਹੀਨੇ ਗਾਂਹ ਤੋਂ ਗਾਂਹ ਵਧਾਈ ਜਾਂਦੇ, ਉਹਨਾਂ ਨਾਲ ਵੀ ਇਹ ਕੁਛ ਹੀ ਹੁੰਦਾ ਫਿਰ। ਬਿਲਕੁਲ ਬਿਲਕੁਲ ਹਨੇਰਾ ਹੋ ਗਿਆ ਤੇ ਆਪਣੇ ਤੁਹਾਨੂੰ ਪਤਾ ਹੀ ਆ ਕੰਮਾਂ ਕਾਰਾਂ ਚ ਬੀਜੀ ਰਹੀਦਾ। ਹਾਂ, ਹੁਣ ਭਾਜੀ ਜਦੋਂ ਮਿਲੂਗਾ ਨਾ ਫੇਰ ਇੱਕ ਦੁਬਾਰਾ ਫੇਰ ਮੈਂ ਭਾਜੀ ਨਾਲ ਵੀ ਬਹਿ ਕੇ ਸ਼ੂਟ ਕਰੂੰਗਾ, ਤੇ ਜੇ ਜਾਣਾ ਪਿਆ ਫੇਰ ਆਪਾਂ ਭਾਜੀ ਜਾ ਵੀ ਆਵਾਂਗੇ। ਬਸ ਬਸ ਬਸ, ਮਹਿੰਦਰਾ ਲਈ ਵੈਸੇ ਵੀ ਹੁਣ ਸਤਿਕਾਰ ਕਰਦੇ ਤੁਹਾਡਾ ਕੀ ਵਦਾ ਸੁਣ ਲੈਣ। ਚਲੋ ਠੀਕ ਹੈ ਭਾਜੀ ਫੇਰ ਯਾਰ, ਹੈ ਓਕੇ ਠੀਕ ਹੈ ਓਕੇ ਭਾਜੀ। ਲੈ ਵੀ ਮਤਲਬ ਵੇਖ ਲਓ ਯਾਰ ਆਹ ਹਾਲ ਆ ਭਾਜੀ, ਮੈਨੂੰ ਕਿੰਨੇ ਚਿਰ ਦਾ ਕਹਿੰਦਾ ਸੀ, ਮਹੀਨਾ ਪਹਿਲੇ ਵੀ ਭਾਜੀ ਯਾਰ ਕਹਿੰਦਾ ਸੀਗਾ ਵੀ ਆਪਾਂ ਭਾਜੀ ਨੇ ਵੀ ਗੱਡੀ ਲੈਣੀ ਮਹਿੰਦਰਾ ਦੀ ਕੋਈ, ਅਤੇ ਮੈਂ ਉੱਥੇ ਫੋਨ ਵੀ ਕੀਤਾ ਸੀ ਆਪਣਿਆਂ ਨੂੰ, ਉਹ ਕਹਿੰਦੇ ਸੀ ਕਿ 10 ਕੁ ਦਿਨਾਂ ਤੱਕ ਲੈ ਜਿਓ ਆ ਜਾਣੀ ਆ। ਬਾਅਦ 'ਚ ਫਿਰ ਮੈਂ ਗੋਆ ਚਲ ਗਿਆ, ਉਹ ਤੋਂ ਬਾਅਦ ਬਿਜ਼ੀ ਹੋ ਗਏ ਇੱਧਰ, ਫਿਰ ਕਰਦੇ ਭਾਅ ਜੀ ਨੇ ਵੀ ਨਹੀਂ ਗੱਲ ਕੀਤੀ। ਭਾਅ ਜੀ ਵੀ ਹੁਣ ਬਿਜ਼ਨਸਮੈਨ ਆ, ਭਾਅ ਜੀ ਵਿਚਾਰਾ ਵੀ ਭਾਅ ਜੀ ਕੋਲ ਗੱਡੀਆਂ ਤਾਂ ਹੈਗੀਆਂ ਹੀ ਆ, ਭਾਅ ਜੀ ਫਿਰ ਲੱਗਾ ਰਹਿੰਦਾ ਆਪਣੇ ਕੰਮਾਂ ਕਾਰਾਂ 'ਤੇ, ਅਤੇ ਔਨਲਾਈਨ ਚੈੱਕ ਕਰਦਾ ਰਹਿੰਦਾ ਕਿਉਂਕਿ ਭਾਅ ਜੀ ਦਾ ਕੰਮ ਜ਼ਿਆਦਾ ਔਨਲਾਈਨ ਆ, ਅਤੇ ਔਨਲਾਈਨ ਤੁਹਾਡੇ ਸਾਹਮਣੇ ਹੀ ਆ। ਭਾਅ ਜੀ ਨੇ ਸਾਰਾ ਕੁਛ ਦੱਸ ਦਿੱਤਾ ਆ ਵੀ ਪਹਿਲਾਂ ਉਹਨਾਂ ਨੇ ਬੁੱਕ ਕਰਾਈ, 4 ਮਹੀਨੇ ਦਿੱਤੇ ਸੀਗੇ, 4 ਮਹੀਨੇ ਦੇ ਬਾਅਦ ਉਹਨਾਂ ਨੇ ਫਿਰ ਦੁਬਾਰਾ ਕੈਂਸਲ ਦੀ ਰਿਕੁਐਸਟ ਆਪੇ ਹੀ ਪਾ ਕੇ ਦੁਬਾਰਾ ਫਿਰ ਗਾਂਹ ਫਿਰ ਦੁਬਾਰਾ
ਬੁੱਕ ਕਰਵਾਤੀ, ਆਪਣੇ ਆਪ ਹੀ ਸਾਰਾ ਕੁਛ ਕਰਤਾ। ਪਹਿਲੋਂ ਭਾਈ ਨੇ ਕਿੰਨੇ ਦੀ, 21 ਦੀ ਕਿੰਨੇ ਦੀ ਕਹਿੰਦੇ ਸੀਗੇ, ਬਾਅਦ 'ਚ ਹੁਣ 11,000 ਦੀ ਕਰ ਦਿੱਤੀ ਆ। ਹੁਣ ਪਤਾ ਨਹੀਂ ਉਹਨਾਂ ਨੂੰ ਇਹ ਕਹੂਗੀ ਵੀ ਤੁਹਾਡੀ ਇੰਨੇ ਚਿਰ ਦੀ, ਪਤਾ ਨਹੀਂ ਹੁਣ ਕੀ ਗੇਮ ਆਪਾਂ ਨੂੰ ਕੀ ਪਤਾ ਯਾਰ, ਕੀ ਕਹਿ ਸਕਦੇ ਹਾਂ। ਇਹ ਕਹਿ ਸਕਦੇ ਹਾਂ ਵੀ ਜਿਹੜੀ ਉਹਨਾਂ ਦੇ ਨਾਂ ਦੀ ਸੀਗੀ ਉਹ ਕਿਸੇ ਹੋਰ ਨੂੰ ਦੇ ਦਿੱਤੀ, ਅਤੇ ਉਹਨਾਂ ਨੇ ਮਾਇਆ ਦੇ ਦਿੱਤੀ ਨਹੀਂ ਥੋੜ੍ਹੀ ਬਹੁਤੀ, ਉਹ ਤਾਂ ਆਪਾਂ ਨੂੰ ਪਤਾ ਹੀ ਆ ਚੱਲਦੀ ਆ ਇੰਨੀ ਕੁ ਤਾਂ। ਹੁਣ ਜਿਨ੍ਹਾਂ ਨੇ ਬੁੱਕ ਕਰਾਈਆਂ ਉਹਨਾਂ ਨੇ ਤਾਂ ਦੇਣੀਆਂ ਚਾਹੀਦੀਆਂ ਯਾਰ। ਅਤੇ ਬਾਕੀ ਇਹ ਸੀ ਮਹਿੰਦਰਾ ਦਾ, ਅਤੇ ਮਰੂਤੀ ਵਾਲਿਆਂ ਨੇ ਜਿਹੜਾ ਆਮ ਲੋਕਾਂ ਨਾਲ ਮਜ਼ਾਕ ਕੀਤਾ ਕਹਿ ਸਕਦੇ ਹਾਂ, ਜਾਂ ਫਰੋਡ ਕੀਤਾ ਕਹਿ ਸਕਦੇ ਹਾਂ, ਮਰੂਤੀ ਵਾਲਿਆਂ ਨੇ ਤਾਂ ਆਤੀ ਕਰਾ ਦਿੱਤੀ ਨਾ ਯਾਰ। ਮੇਰਾ ਤਾਂ ਮਰੂਤੀ ਤੋਂ ਮਨ ਹੀ ਉੱਠ ਗਿਆ, ਇੰਨੇ ਚਾਅ ਨਾਲ ਇਹ ਗੱਡੀ ਲਈ ਸੀਗੀ। ਸਗੋਂ ਇਹਦਾ ਮੈਨੂੰ ਸੀਗਾ ਵੀ ਲੈ ਵੀ ਇਹ ਵਧੀਆ ਚੱਲੂਗੀ, ਅਤੇ ਇਹਦਾ ਰੇਟ ਹੋਰ ਸ਼ਾਇਦ ਵੱਧੂ। ਉਹ ਰੇਟ ਬਿਲਕੁਲ ਇਹਨਾਂ ਨੇ ਭੱਠਾ ਹੀ ਬਿਠਾ ਤਾ। ਇਹਨਾਂ ਨੇ ਗੇਮ ਖੇਡੀ ਸੀਗੀ ਥਾਰ ਦੇ ਨਾਲ, ਸਗੋਂ ਥਾਰ ਤੋਂ ਰੇਟ ਘੱਟ ਰੱਖਦੇ, ਪਹਿਲਾਂ ਹੀ ਇੰਨਾ ਰੱਖਦੇ, ਸ਼ਾਇਦ ਇਹਨਾਂ ਦੀਆਂ ਗੱਡੀਆਂ ਇਹ ਜ਼ਿਆਦੀਆਂ ਵਿਕ ਜਾਂਦੀਆਂ। ਜੋ ਹੋਣਾ ਸੀਗਾ ਹੋ ਗਿਆ, ਹੁਣ ਆਪਾਂ ਇਹ 'ਚ ਕੋਈ ਕਮੀ ਪੇਸ਼ੀ ਤਾਂ ਨਹੀਂ ਕੱਢਣੀ, ਕਿਉਂਕਿ ਕਮੀ ਪੇਸ਼ੀ ਇੰਨੀ ਹੈ ਨਹੀਂ ਆ ਇਹਦੇ ਵਿੱਚ। ਠੀਕ ਆ, ਉਹਨਾਂ ਨੇ ਡਿਜ਼ਾਇਨ ਵੀ ਵਧੀਆ ਕੀਤੀ ਆ, ਮਟੀਰੀਅਲ ਵੀ ਠੀਕ ਲਾਇਆ ਵਾ ਵਿੱਚ, ਇੰਨਾ ਨਹੀਂ ਆਪਾਂ ਕਹਿ ਸਕਦੇ। ਬਸ ਆਹ ਰੇਟ ਜਿਹੜਾ ਉਹਨਾਂ ਨੇ ਘਟਾ ਤਾ ਨਾ, ਅਤੇ ਪਹਿਲਾਂ ਵੱਧ ਲਾ ਤਾ, ਉਹੀ ਕੰਮ ਖਰਾਬ ਹੋਇਆ ਵਾ। ਜਿਨ੍ਹਾਂ ਭਰਾਵਾਂ ਕੋਲ ਆਪਣੀਆਂ ਕੋਲ ਜਿਮਣੀਆਂ ਆ, ਉਹ ਸਾਰੇ ਜਣੇ ਦੱਸਿਓ ਹੁਣ ਭਰਾਵਾ, ਮੈਂ ਸਹੀ ਕਹਿਣ ਦਿਆਂ ਕਿ ਗਲਤ ਕਹਿਣ ਦਿਆਂ, ਗਲਤ ਕੀਤਾ ਨਾ ਮਰੂਤੀ ਵਾਲਿਆਂ ਨੇ। ਬਾਕੀ ਮਿੱਤਰੋ ਹੁਣ ਕੱਲ੍ਹ ਨੂੰ ਮਿਲਾਂਗੇ, ਅਪਡੇਟ ਰਹਿਣ ਦੀ ਮੈਂ ਪੂਰੀ ਪੂਰੀ ਕੋਸ਼ਿਸ਼ ਕਰਨ ਦਿਆਂ ਵਾਂ। ਕਿੰਨੇ ਚਿਰ ਬਾਅਦ ਤੁਹਾਨੂੰ ਪਤਾ ਹੀ ਆ, ਫਿਰ ਹੁਣ ਰੈਗੂਲਰ ਹੋਣਾ ਔਖਾ ਹੋ ਜਾਂਦਾ ਹੁੰਦਾ ਆ। ਫਿਰ ਵੀ ਆਪਾਂ ਆਹ ਤੀਜੀ ਕਿ ਚੌਥੀ ਵੀਡੀਓ ਜਿਹੜੀ ਆ ਉਹ ਲਗਾਤਾਰ ਪਾਤੀ ਆ, ਤਾਂ ਕੋਸ਼ਿਸ਼ ਪੂਰੀ ਆ ਰੈਗੂਲਰ ਰਹਿਣ ਦੀ। ਮਿਲਦੇ ਹਾਂ ਹੁਣ ਕੱਲ੍ਹ ਨੂੰ। ਇਹ ਸੀਗੀ ਮਹਿੰਦਰਾ ਅਤੇ ਥਾਰ ਦੇ ਬਾਰੇ ਚਰਚਾ, ਸਾਰੇ ਜਣੇ ਕਮੈਂਟ ਕਰਕੇ ਦੱਸਿਓ। ਮਿਲਦੇ ਹਾਂ ਫਿਰ ਕੱਲ੍ਹ ਨੂੰ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ। ਹੁਣ ਮੈਂ ਵਿੱਚ ਸਮਾਨ ਰੱਖਿਆ ਸਲੂਨ ਦਾ, ਕੱਲ੍ਹ ਲੈ ਕੇ ਆਇਆ ਸੀ ਜਿਹੜਾ, ਉਹ ਦੋ ਇੱਕ ਚੇਅਰ ਇੱਕ ਟੇਬਲ ਜਿਹੜਾ ਉਹਨਾਂ ਨੇ ਮੈਲਾ ਜਿਹਾ ਦੇ ਦਿੱਤਾ। ਤਾਂ ਆਪਾਂ ਤੁਹਾਨੂੰ ਪਤਾ ਹੀ ਸਾਰਾ ਸਲੂਨ ਜਿਹੜਾ ਆ ਚਾਅ ਨਾਲ ਤਿਆਰ ਕੀਤਾ, ਅਤੇ ਫਿਰ ਮਾੜੀ ਚੀਜ਼ ਤਾਂ ਆਪਾਂ ਵਿੱਚ ਰੱਖਣੀ ਨਹੀਂ ਆ, ਇਸ ਲਈ ਮੈਂ ਹੁਣ ਵਾਪਸ ਕਰਨ ਚੱਲਾਂ ਵਿੱਚ ਰੱਖਿਆ ਹੋਇਆ। ਮਿਲਦੇ ਹਾਂ ਫਿਰ ਕੱਲ੍ਹ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ। ਆਪਣੀ ਕਮੈਂਟਾਂ 'ਚ ਰਾਹ ਦੇ ਦਿਓ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ।